ਕਿ ਮੈਂ ਤਾਂ ਇਹ ਜ਼ਰੂਰ ਕਹਾਂਗਾ ਕਿ ਪੰਜਾਬ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰੇ ਕਰਨਾ ਚਾਹੀਦਾ। ਸਾਡੇ MLA ਔਰ ਲੀਡਰ ਸਾਹਿਬਾਨਾਂ ਨੂੰ ਵੀ ਚਾਹੀਦਾ ਕਿ ਲੋਕਾਂ ਦੀਆਂ ਸੇਵਾ ਕਰਨ। 2019 'ਚ ਦੱਸ ਦੇਣਗੇ ਵੀ ਲੋਕਾਂ ਦਾ ਸਰਟੀਫਿਕੇਟ ਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਅਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਹੁਲ ਗਾਂਧੀ ਨੂੰ ਮਿਲੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋਜੀ। ਦੁਲੋਜੀ, ਕੀ ਕਹਿਣਾ ਚਾਹੋਗੇ, ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਗੱਲਬਾਤ ਚੱਲ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਇੱਕ ਦਲਿਤ ਚਿਹਰੇ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ? ਮੈਂ ਤਾਂ ਕਿਸੇ ਅਖਬਾਰ 'ਚ ਪੜ੍ਹ ਰਿਹਾ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਇਲੈਕਸ਼ਨ ਚੱਲ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਕੋਈ ਚੇਂਜ ਆਵੇ, ਕਿਉਂਕਿ ਪਾਰਲੀਮੈਂਟ ਵੀ ਨੇੜੇ ਹੈ। ਔਰ ਮੈਨੂੰ ਲੱਗਦਾ ਵੀ ਹਾਈਕਮਾਂਡ, ਇਹ ਅਖਬਾਰਾਂ ਦੀ ਉਹ ਖਬਰ ਲੱਗਦੀ ਹੈ, ਕੋਈ ਹਾਈਕਮਾਂਡ ਦੀ ਤਾਂ ਕੋਈ ਮੈਨੂੰ ਲੱਗ ਨਹੀਂ ਰਿਹਾ ਕੋਈ ਇੰਡੀਕੇਸ਼ਨ ਕੋਈ ਬਦਲਾਅ ਆ ਰਿਹਾ। ਦਲਿਤ ਚਿਹਰੇ ਨੂੰ ਅੱਗੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ 2019 ਲੋਕ ਸਭਾ ਚੁਣਾਵਾਂ ਵਾਸਤੇ ਕਿਸੇ ਦਲਿਤ ਚਿਹਰੇ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਆ। ਤੁਸੀਂ ਵੀ ਕਾਂਗਰਸ ਦੇ ਨਾਲ ਜੁੜੇ ਵੱਡੇ ਦਲਿਤ ਚਿਹਰੇ ਹੋ, ਜੇ ਤੁਹਾਨੂੰ ਕੋਈ ਇਸ ਸਿਲਸਿਲੇ 'ਚ ਕੋਈ ਗੱਲਬਾਤ ਹੋਈ ਆ, ਕੋਈ ਸੰਕੇਤ ਮਿਲਿਆ? ਮੇਰੇ ਨੋਟਿਸ ਨਹੀਂ ਇਹ ਗੱਲ, ਕਿਉਂਕਿ ਮੈਂ ਜਦੋਂ ਕਹਿ ਰਿਹਾ ਕਿ ਇਲੈਕਸ਼ਨ ਆ ਰਹੇ ਨੇ, ਇਸ ਸਮੇਂ ਸ਼ਾਇਦ ਤਬਦੀਲੀ ਨਾ ਹੋ ਸਕੇ। ਪੰਜਾਬ ਸਰਕਾਰ ਦੀ ਗੱਲ ਕਰੀਏ, ਪੰਜਾਬ ਦੇ ਕਾਂਗਰਸ ਸਰਕਾਰ ਦੇ ਵਿੱਚ ਕੁਛ MLA, ਕੁਛ MP ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ 'ਤੇ ਕਿੰਤੂ ਪਰੰਤੂ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਪੰਜਾਬ ਦੇ ਖੁਦ MLA ਜਿਹੜੇ ਮੌਜੂਦਾ ਸਰਕਾਰ ਦੇ ਆ, ਉਹੀ ਸਰਕਾਰ ਦੇ ਉੱਤੇ ਨੁਕਤਾਚੀਨੀ ਕਰ ਰਹੇ ਨੇ? ਸਵਾਲ ਇਹ ਆਪਣੀ ਆਪਣੀ ਜਿਹੜੇ MLA ਨੂੰ ਹੋਊਗਾ ਉਹ ਇਹਦੇ ਬਾਰੇ, ਕਿਉਂਕਿ ਮੈਂ ਤਾਂ ਇਹ ਜ਼ਰੂਰ ਕਹਾਂਗਾ ਕਿ ਪੰਜਾਬ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰੇ ਕਰਨਾ ਚਾਹੀਦਾ। ਕਿਹੜੇ ਵਾਅਦੇ, ਮਤਲਬ ਕਿ, ਕਿਉਂਕਿ ਲੋਕ ਇਹੀ ਵਿਰੋਧੀ ਲਗਾਤਾਰ ਸਵਾਲ ਚੱਕ ਰਹੇ ਨੇ ਕਿ ਪੰਜਾਬ ਸਰਕਾਰ ਝੂਠ ਦੇ ਜਿਹੜੇ ਮੈਨੀਫੈਸਟੋ, ਝੂਠਾ ਮੈਨੀਫੈਸਟੋ ਲੈ ਕੇ ਸਾਹਮਣੇ ਆਈ ਆ, ਅਤੇ ਜਿੱਥੇ ਵਿਰੋਧੀ ਆਵਾਜ਼ ਚੱਕ ਰਹੇ ਨੇ ਉੱਥੇ ਪੰਜਾਬ ਸਰਕਾਰ ਦੇ ਜਿਹੜੇ MP ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਲਗਾਤਾਰ ਉਹ ਵੀ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਓਬਜੈਕਸ਼ਨ ਚੱਕ ਰਹੇ ਨੇ? ਗੱਲ ਹਰ ਬੰਦੇ ਦੀ ਆਪਣੀ ਆਪਣੀ ਰਾਏ ਹੈ। ਮੈਂ ਤਾਂ ਨਾ ਪ੍ਰਤਾਪ ਬਾਜਵੇ ਦੇ ਬਿਆਨ ਸੁਣੇ ਨੇ, ਨਾ ਮੈਂ ਰਾਣਾ ਗੁਰਜੀਤ ਦੇ ਸੁਣੇ ਨੇ, ਇਹ ਇੱਕ ਅਖਬਾਰੀ ਗੱਲਾਂ ਨੇ। ਪਰ ਮੈਂ ਜ਼ਰੂਰ ਕਹਾਂਗਾ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਨੇ, ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ, ਕਾਂਗਰਸ ਦੀ ਸਰਕਾਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਸ਼ਡਿਊਲ ਕਾਸਟ ਹੈ, ਚਾਹੇ ਆਮ ਵਰਗ ਨੇ, ਔਰ ਲੋਕਾਂ ਨੂੰ ਇੰਪਲਾਇਮੈਂਟ ਹੈ, ਬੇਰੁਜ਼ਗਾਰੀ ਹੈ, ਮਸਲੇ ਬਹੁਤ ਨੇ। ਉਹ ਮਸਲਿਆਂ ਬਾਰੇ ਪੰਜਾਬ ਸਰਕਾਰ ਨੂੰ ਪਹਿਲੇ ਪਹਿਲ ਦੇ ਉੱਤੇ ਧਿਆਨ ਦੇਣਾ ਚਾਹੀਦਾ, ਔਰ ਸਾਡੇ MLA ਔਰ ਲੀਡਰ ਸਾਹਿਬਾਨਾਂ ਨੂੰ ਵੀ ਚਾਹੀਦਾ ਕਿ ਲੋਕਾਂ ਦੀਆਂ ਸੇਵਾ ਕਰਨ, ਜਿਹੜੇ ਲੋਕਾਂ ਨੇ ਉਹਨਾਂ ਨੂੰ ਇਲੈਕਟ ਕੀਤਾ, ਉਹਨਾਂ ਦੀ ਇੱਛਾਵਾਂ 'ਤੇ, ਉਹਨਾਂ ਦੀ ਇੱਛਾਵਾਂ 'ਤੇ, ਇੱਛਾ ਤਾਂ ਪੂਰੀਆਂ ਨਹੀਂ ਹੋ ਸਕਦੀਆਂ, ਪਰ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਉਹ ਜ਼ਰੂਰ ਪੂਰੇ ਕਰਨੇ ਚਾਹੀਦੇ ਹਨ। ਹੰਸਰਾਜ ਸੰਤ ਹੁਣ ਕਾਂਗਰਸ ਤੋਂ ਬਾਅਦ BJP 'ਚ ਚਲੇ ਗਏ ਨੇ, ਅਤੇ ਉਹਨਾਂ ਨੂੰ ਚੇਅਰਮੈਨ ਨਿਯੁਕਤ, ਵਾਈਸ ਚੇਅਰਮੈਨ ਸਫਾਈ ਆਯੋਗ ਦਾ ਨਿਯੁਕਤ ਕੀਤਾ ਗਿਆ। ਕੀ ਕਹਿਣਾ ਚਾਹੋਗੇ ਕਿ ਕਿਤੇ ਨਾ ਕਿਤੇ ਤੁਹਾਡੇ ਨਾਲ ਜਿਹੜੇ ਮਤਭੇਦ ਸੀਗੇ ਰਾਜ ਸਭਾ ਸੀਟ ਨੂੰ ਲੈ ਕੇ, ਉਸ ਕਰਕੇ ਉਹਨਾਂ ਨੇ ਕਾਂਗਰਸ ਦਾ ਛੱਡਣਾ ਪਈ, ਅਤੇ ਤੁਹਾਡੇ 'ਤੇ ਵੀ ਉਹਨਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ, ਕੀ ਕਹਿਣਾ ਚਾਹੋਗੇ? ਨਹੀਂ, ਮੈਂ ਇਹਦੇ ਬਾਰੇ ਕੋਈ ਕਮੈਂਟ ਹੀ ਨਹੀਂ ਕਰਨਾ ਚਾਹੁੰਦਾ, ਕੁਝ ਤਾਂ ਉਹੀ ਦੱਸ ਸਕਦੇ ਨੇ, ਮੇਰੀ ਤਾਂ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ। ਮੈਂ ਇੱਕ ਗੱਲ ਹੈ ਵੀ ਕਾਂਗਰਸ ਮੈਨ ਨਾਲ ਖੜ੍ਹਾ ਹੈ, ਜਿਹੜੇ ਦਲ ਬਦਲੂ ਹੈ ਉਹਨਾਂ ਦੇ ਖਿਲਾਫ਼ ਹੈ, ਹਮੇਸ਼ਾ ਰਿਹਾ, ਹੁਣ ਵੀ ਹੈ। ਉਹਨਾਂ ਦਾ ਇਹੀ ਕਹਿਣਾ ਕਿ ਕਾਂਗਰਸ ਦੇ ਵਿੱਚ ਜਦੋਂ ਜੁਆਇਨ ਕੀਤਾ ਸੀ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਰਾਜ ਸਭਾ ਸੀਟ ਐਲਾਨ ਵੀ ਕਰ ਦਿੱਤੀ, ਉਸ ਤੋਂ ਬਾਅਦ ਸੀਟ ਬਦਲ ਦਿੱਤੀ, ਤੁਹਾਨੂੰ ਦੇ ਦਿੱਤੀ ਗਈ, ਯਾਰ ਖਤਮ ਹੋ ਗਈ ਗੱਲ, ਹੁਣ ਉਹ BJP 'ਚ ਚਲੇ ਗਏ, ਕੱਲ੍ਹ ਨੂੰ ਪਤਾ ਨਹੀਂ ਕਿੱਥੇ ਜਾਣਾ, ਉਹ ਇਹ ਤਾਂ ਉਹੀ ਦੱਸ ਸਕਦੇ ਨੇ। ਤੁਹਾਡੇ ਨਾਲ ਉਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਪਰਸਨਲ? ਮੇਰਾ ਕੋਈ ਬਟਨ ਦਾ ਰੌਲਾ ਹੈ, ਮੇਰਾ ਕੀ ਰੌਲਾ ਹੈ? ਉਹ ਤਾਂ ਬਹੁਤ ਬੜਾ ਗੀਤਕਾਰ ਹੈ, ਬਹੁਤ ਬੜਾ ਉਹ ਹੈ, ਅਸੀਂ ਤਾਂ ਛੋਟੇ ਜਿਹੇ ਆਦਮੀ ਹੈ। ਉਹ ਕਹਿੰਦੇ ਕਿ ਕਾਂਗਰਸ ਦਾ ਜਿਹੜਾ ਹੈਗਾ ਨਾ ਤਾਂ ਕੋਈ ਹਾਈਕਮਾਂਡ ਦਾ ਫੈਸਲਾ ਸੀ, ਕਾਂਗਰਸ ਦੇ ਕਹਿੰਦੇ ਨਾ ਤਾਂ ਕੋਈ ਹਾਈਕਮਾਂਡ ਹੈ ਅਤੇ ਨਾ ਹੀ ਕੋਈ ਕਮਾਂਡ ਹੈ, ਨਾ ਕੋਈ ਸਰਕਾਰ ਦੇ ਵਿੱਚ। ਇਹ ਫਜ਼ੂਲ ਗੱਲਾਂ ਨੇ ਜਿਹੜੀਆਂ ਕਰਦੇ ਹੋ ਤੁਸੀਂ, ਇਹ ਕੋਈ ਗੱਲ ਹੈ? ਮੇਰਾ ਹੰਸ ਦਾ ਮੈਂ ਤਾਂ ਕਦੇ ਸੁਣਿਆ ਨਹੀਂ, ਕਿਹਾ ਉਹਨੇ, ਮੈਂ ਨਹੀਂ ਸੁਣਿਆ, ਸਾਡੇ ਇੰਟਰਵਿਊ ਦੇ ਵਿੱਚ ਕਿਹਾ, ਨਹੀਂ ਤੁਹਾਨੂੰ ਕਿਹਾ ਹੋਊਗਾ, ਮੈਂ ਨਹੀਂ ਸੁਣੀ। ਕੀ ਕਹਿਣਾ ਚਾਹੋਗੇ ਕਿ ਮਤਲਬ ਕਿ ਜਿਹੜਾ ਉਹਨਾਂ ਨਾਲ ਕੋਈ ਨਾਰਾਜ਼ਗੀ ਨਹੀਂ? ਯਾਰ ਮੇਰੀ ਨਾਰਾਜ਼ਗੀ ਕਾਹਦੀ ਹੁੰਦੀ ਹੈ, ਕੋਈ ਨਾਰਾਜ਼ਗੀ ਨਹੀਂ, ਵਧੀਆ ਉਹ ਬੰਦਾ, ਇਨਸਾਨ ਵਧੀਆ, ਠੀਕ ਹੈ ਆਪਣਾ, ਉਹਦਾ ਹੁਣ BJP 'ਚ ਉਹਦਾ ਮਿਲ ਗਿਆ, ਚੰਗੀ ਗੱਲ ਆ, ਉਹਨੂੰ ਮਿਲ ਗਿਆ, ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਵੀ ਮਿਲ ਗਿਆ।
ਪਰ ਹਾਂ ਪਾਰਟੀ ਜ਼ਰੂਰ ਹੈ ਵੀ ਪਾਰਟੀਆਂ ਅੱਜ ਕਿਤੇ ਕੱਲ੍ਹ ਕਿਤੇ ਪਰਸੋਂ ਕਿਤੇ ਚੌਥੇ ਕਿਤੇ ਇਹਦੇ ਬਾਰੇ ਕੋਈ ਆਈਡਿਆਲੋਜੀ ਹੋਣੀ ਚਾਹੀਦੀ ਹੈ। ਕਿਸੇ ਪਾਰਟੀ 'ਚ ਜਾਂਦੇ ਹੋ ਤੁਸੀਂ ਉਹਦੀ ਆਈਡਿਆਲੋਜੀ ਹੋਣੀ ਚਾਹੀਦੀ ਹੈ ਕਿ ਕਾਂਗਰਸ ਦੀ ਆਈਡਿਆਲੋਜੀ ਹੈ, ਬੀਜੇਪੀ ਦਾ ਆਪਣਾ ਏਜੰਡਾ ਹੈ, ਬਹੁਜਨ ਸਮਾਜ ਦਾ ਆਪਣਾ, ਅਕਾਲੀਆਂ ਦਾ ਆਪਣਾ ਏਜੰਡਾ ਹੈ। ਪਰ ਜੇ ਸਾਰੇ ਪਾਸੇ ਹੀ ਘੁੰਮੀ ਜਾਈਏ ਅਸੀਂ ਫਿਰ ਬੰਦਾ ਕੀ ਕੌਣ ਹੈ, ਉਹਨੂੰ ਸਵੇਰ ਗੜੀ ਹੀ ਕਹਿੰਦੇ ਨੇ। ਅਤੇ ਇੱਕ ਕਾਂਗਰਸ ਦੇ ਪੌਣੇ ਦੋ ਸਾਲ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਉਹਨੂੰ ਕਿੰਨੇ ਕੁ ਤੁਸੀਂ ਸਮਝਦੇ ਹੋ, ਕਿੰਨੇ ਪੁਆਇੰਟ ਦੇਣਾ ਚਾਹੁੰਦੇ ਹੋ ਕਿ ਹਾਂ ਵੀ ਜਿਹੜੀ ਕਾਂਗਰਸ ਸਰਕਾਰ ਦੇ? ਮੈਂ ਪੁਆਇੰਟ ਦੇਣ ਵਾਲਾ ਕੋਈ ਨਹੀਂ, ਇਹ ਤਾਂ ਪੰਜਾਬ ਦੇ ਲੋਕ ਪੁਆਇੰਟ ਦੇਣਗੇ। ਮੈਂ ਵੀ ਇੱਕ ਪਾਰਟ ਹੈ ਪਾਰਟੀ ਦਾ, ਅਤੇ ਲੋਕਾਂ ਨੇ ਸਰਟੀਫਿਕੇਟ ਦੇਣਾ। ਲੋਕ 2019 'ਚ ਦੱਸ ਦੇਣਗੇ ਵੀ ਲੋਕਾਂ ਦਾ ਸਰਟੀਫਿਕੇਟ ਕੀ ਹੈ। ਅਤੇ ਵਰਕਾਰੀ ਮੋਰਚੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਗਰਮਾਇਆ ਹੋਇਆ, ਅਤੇ ਸਿੱਟ ਵੱਲੋਂ ਕੱਲ੍ਹ ਸਾਬਕਾ ਮੁੱਖ ਮੰਤਰੀ ਕੈਪਟਨ ਪ੍ਰਕਾਸ਼ ਸਿੰਘ ਬਾਦਲ ਕੋਲ ਪੁੱਛਗਛ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ ਕਿ ਹਾਂ ਵੀ ਲੋਕ ਜਿਹੜੇ ਹੈਗੇ ਆ ਇਸ ਮਾਮਲੇ ਨੂੰ ਦੇਖਣਾ ਚਾਹੁੰਦੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਇਹ ਸਭ ਰਾਜਨੀਤੀ ਨਾਲ ਪ੍ਰੇਰਿਤ ਆ, ਅਤੇ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ ਕਰ ਰਹੇ ਨੇ ਸਭ ਕੁਝ? ਸਵਾਲ ਇਹ ਹੈ ਵੀ ਚਾਹੀਦਾ ਇਹ ਸੀ ਵੀ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਉਹ ਛੋਟਾ ਆਦਮੀ ਹੈ ਚਾਹੇ ਬੜਾ ਆਦਮੀ ਹੈ, ਕੋਈ ਹੋਵੇ। ਜੀ ਬਿਲਕੁਲ, ਇਹ ਸੀਗੇ ਸ਼ਮਸ਼ੇਰ ਸਿੰਘ ਦੁੱਲੋ ਜੀ, ਰਾਜ ਸਭਾ ਮੈਂਬਰ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਹਾਂ ਵੀ ਜੇ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅਤੇ ਦੂਜੇ ਪਾਸੇ ਉਹਨਾਂ ਨੇ ਹੰਸਰਾਜ ਹੰਸ ਦੇ ਉੱਤੇ ਕਿਹਾ ਕਿ ਉਹਨਾਂ ਨਾਲ ਕੋਈ ਪਰਸਨਲੀ ਉਹਨਾਂ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਪਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਦਲ ਬਦਲੂਆਂ ਉੱਤੇ ਪਾਰਟੀਆਂ ਦੀ ਡੋਲਜੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸ਼ਾਮਿਲ ਕਰਦੇ ਵਕਤ ਉਹਨਾਂ ਦੀ ਸਥਿਤੀ ਜ਼ਰੂਰ ਦੇਖਣੀ ਚਾਹੀਦੀ ਹੈ, ਨਾ ਤਾਂ ਕਿ ਆ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਪੂਰਾ ਮਾਣ ਸਨਮਾਨ ਮਿਲਦਾ ਜਾ ਸਕੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਲੁਧਿਆਣਾ।